लो जी अस्सलाम वालेकुम जनाब, अमीनपुर बंगला जनाब मंडी का सुपरवाइजर कर रहे जे ते ए जानवर जिन्हें खलोते हुए जे नुकरे ए नुकरे खलोते हुए जे ए जनाब असीं तुहानू इहदा कोई रेट शीट देने आ कि इन्हों का रेट शीट की हैगा। ये जानवर है जी अजहर कोले और अजहर कोलो जनाब पुछ रहे इन्हों का रेट शीट की है। ए भी घोड़ा खलोता है नाल दी नाल दी घोड़ी हो फिर नाल दी घोड़ी फिर नाल दी घोड़ी ए चार जानवर जिहड़े कहने ये अजहर दे कहने अजहर ते रेट शेट जनाब असी पुछने अजहर कोलो अजहर अजहर हाले गलबात कर रहे हैं दोस्तों के नाल ते लो जनाब फारग हुंदा ते असीं इहदे कोल पुछना अस्सलाम वालेकुम अजहर। अच्छा अजहर माशाल्लाह तेरे कोले घोड़े अज जिहड़ा मंडी दे उत्ते अच्छे ने खूबसूरत ने ते तुसीं दसो कि अज माल मंडी दे उत्ते किन्ना क लैके आए जे? दस जानवर ए जिहड़े खड़ोते हुए ने लैन जी। अच्छा ओ परे जिहड़ी खड़ी है आ चीनी? हां जी। अच्छा शुरू करो ए बछेरा जनाब इन उम्र कि दुआक लगा अजहर हाइट होगी इंदी कोई सवारी किसी ने की है? सवारी की 62 इंच हाइट है जनाब ते इन्दा कि जनाब मुल मांग रहे जे? 6 लाख रुपया बिलकुल सील साहू बिलकुल लो जी सील साहू जनाब बछेरा है जे घोड़िया के नाल बनिया वाकई गल सही है माशाला खूबसूरत है और इको जनाब कलर है अदर नाल दी घोड़ी जड़ी है घोड़ी है 5 साल थोड़ा जा लो जी ए नाल दी घोड़ी है जे बछेरे के नाल ही घोड़ी खलोती जे इंदी है उम्र 5 साल ए 5 साल लो जी 5 साल जी एक अख व्हाइट एक ब्लैक लो जी एक अख जी इंदी व्हाइट है जी एक ब्लैक है जी अदर इन्दे किन्ने पैसे जे? इंदा भी 6 लाख रुपया उन्दा भी 6 लाख रुपया इंदा भी 6 लाख रुपया ठीक हो गया। ते आ जिहड़ी डबल बाडी दी है डबल बाडी वाली दा 7 लाख रुपया इंदा 7 लाख रुपया एक बच्चा बुच्चा दिता इहने पहले इंदा बच्चा पिछे है जी हुण हाली घोड़ा कोई नहीं मिला हाली इहनू नवां दा वां दिवार है। अच्छा हां जी ठीक हो गया। इंदी हाइट किन्नी हो गई? 62-63 होएगी 62 इंच लो जी इंदी 62-63 होएगी जी डांस करदी और पिछली वीडियो दे विच इंशाल्लाह तुहानू डांस भी इंदा असीं तुहानू दिखाया ते इंदा फाइनल जिहड़ा रेट हैगा ਉਹ ਹੋ ਜਾਏਗਾ ਮਗਰ ਇਹ ਤੁਹਾਨੂੰ ਐਵੇਂ ਤੁਹਾਨੂੰ ਦੱਸਿਆ ਇਹਦੇ ਚ ਕਮੀ ਪੇਸ਼ੀ ਜਨਾਬ ਹੋ ਜਾਏਗੀ ਰੇਟ ਵੇਖ ਕੇ ਤੁਸੀਂ ਡਰਨਾ ਨਹੀਂ ਗੱਲਬਾਤ ਜ਼ਰੂਰ ਤੁਸੀਂ ਕਰਨੀ ਹੈ ਤੇ ਇਹਦਾ ਕਿੰਨੇ ਪੈਸੇ 5 ਸਾਲ ਹੈ ਜੀ ਜੀ ਇਹਦਾ 6 ਲੱਖ ਰੁਪਇਆ ਸਫੈਦ ਨੁਕਰੀ ਹੈ ਜੀ ਡਾਂਸਰੀ ਹੈ ਸਵਾਰੀ ਵੀ ਕਰਦੀ ਹੈ ਸਵਾਰੀ ਵੀ ਕਰਦੀ ਇਹਦੀ ਉਮਰ ਕਿੰਨੀ ਜਨਾਬ ਇਹਦੀ 5 ਸਾਲ ਹੈ 5 ਸਾਲ ਇਹਦੀ ਉਮਰ ਹੈ ਜੀ ਤੇ ਹਾਈਟ ਕਿੰਨੀ ਕੁ ਹੋਵੇਗੀ ਇਹਦੀ 60 ਹੋਏਗੀ ਹਾਂ 60-62 ਇੰਚ ਹੋਵੇਗੀ 60-62 ਹੋਏਗੀ ਜੀ ਲਓ ਜਨਾਬ ਮਾਸ਼ਾਅੱਲਾ ਤੁਹਾਨੂੰ ਲਗਾਤਾਰ ਜਿਹੜੇ 4 ਜਾਨਵਰ ਮੈਂ ਤੁਹਾਨੂੰ ਦਿਖਾਏ ਨੇ ਤੇ ਸਫੇਦ ਰੰਗ ਦੇ ਉਸ ਤੋਂ ਬਾਅਦ ਇਹ ਤੁਹਾਨੂੰ ਘੋੜੀ ਦਿਖਾਣ ਦੇ ਜੇ ਇਹ ਵਾਲੀ ਨੀਲੀ ਸਾਵੀ ਤੇ ਨੀਲੀ ਸਾਵੀ ਦਾ ਕੱਦ ਕਿੰਨਾ ਕੁ ਹੋਏਗਾ? ਤਕਰੀਬਨ ਇਹ ਵੀ 60-61 ਹੋਏਗਾ ਲਓ ਜੀ 62 ਜਨਾਬ ਤੇ ਇਹਦੇ ਕਿੰਨੇ ਨੇ ਅਦਰ? ਇਹਦਾ 5 ਲੱਖ ਰੁਪਈਆ ਅੱਛਾ ਬਿਲਕੁਲ ਸੀਲ ਸਾਹੂ ਸਵਾਰੀ ਸੂਰੀ ਕੀਤੀ ਹੋਈ ਹੈ ਬਿਲਕੁਲ ਜੀ ਰਾਈਡਿੰਗ ਵਾਸਤੇ ਠੀਕ ਹੈ ਜੀ ਇਹ ਜਿਹੜੀ ਇੱਕ ਮਿੰਟ 4 ਸਾਲ ਉਮਰ ਹੈ ਜੀ ਜੀ 6 ਲੱਖ ਰੁਪਈਆ ਇਸਦਾ ਮੰਗਣਾ ਹੈ 6 ਲੱਖ ਰੁਪਈਆ ਠੀਕ ਹੋ ਗਿਆ ਇਹ ਕਿਹੜੀ ਨਸਲ ਦੀ ਹੈ? ਦੇਸੀ ਹੈ ਦੇਸੀ ਹੈ ਜਾਂ ਮਿਕਸ ਹੈਗੀ? ਨਾ ਜੀ ਦੇਸੀ ਹੈ ਦੁੱਧਾਂ ਦੀ ਪੱਲੀ ਹੋਈ ਹੈ ਅੱਛਾ ਮੱਖਣਾ ਦੀ ਕਿੰਨੇ 6? ਹਾਂਜੀ ਲਓ ਜੀ 6 ਲੱਖ ਰੁਪਈਆ ਜਨਾਬ ਮੰਗਦੇ ਜੇ ਦੇਸੀ ਦਾ ਤੇ ਇਹ ਮਾਸ਼ਾਅੱਲਾ ਤੁਹਾਨੂੰ ਮੈਂ ਗਾਇਬ ਗਾਇਬ ਜਾਨਵਰ ਵੀ ਦਿਖਾ ਦਿਆਂ ਅਦਰ ਨੰਬਰ ਇੱਧਰ ਦੱਸੀ ਆਪਣਾ 0341 ਹਾਂ 3255 ਹਾਂ 355 355 ਇਹ ਬਛੇਰਾ ਬਛੇਰੀ ਹੈ ਹਾਂ ਕਿੰਨੇ ਪੈਸੇ ਇਹਦੇ? ਇਸਦਾ 2 ਲੱਖ ਰੁਪਏ 2 ਲੱਖ ਰੁਪਈਆ ਇਹਦਾ 55 ਹੋਏਗਾ ਹਾਈਟ 55 ਹਾਈਟ ਹੋਵੇਗੀ ਉਹਦੀ ਉਸਦਾ 2.5 ਲੱਖ ਕੱਪਣ ਘੋੜੀ ਹੈ ਸੋਨ ਵਾਲੀ ਹੈ ਹਾਂਜੀ ਉਹਦੇ ਕਿੰਨੇ ਪੈਸੇ 2.5 ਲੱਖ ਰੁਪਈਆ ਠੀਕ ਹੈ ਬਸ ਆਪਣੇ ਮੁਕੰਮਲ ਇਹੋ ਹੀ ਹੋ ਗਏ ਨਾ ਇਧਰ ਆਓ ਉਧਰ ਲਓ ਜਨਾਬ ਇੱਕ ਮਾਸ਼ਾਅੱਲਾ ਹੋਰ ਬਹੁਤ ਖੂਬਸੂਰਤ ਜਨਾਬ ਬਛੇਰੀ ਹੈਗੀ ਜੀ ਬੱਚੀ 1.5 ਸਾਲ ਦੀ ਵਾਵਾ ਕਦ ਕਰਕੇ 1.5 ਸਾਲ ਦੀ ਜਨਾਬ ਬਛੇਰੀ ਹੈ ਤੇ ਅਦਰ ਇਹਦੇ ਕਿੰਨੇ ਮੀਆਂ ਪੈਸੇ? 5 ਲੱਖ ਰੁਪਈਆ ਵਿਹਲੀ ਹੈ ਹਾਂਜੀ ਬੱਚੀ ਹਾਲੀ 1.5 ਸਾਲ ਦੀ ਸਾਰੀ ਹੈ ਇਹ ਵੀ ਇਹਦੇ ਨਾਲ ਦੀ ਤੇ ਲਓ ਜਨਾਬ ਮਾਸ਼ਾਅੱਲਾ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਤੇ ਅਜ਼ਰ ਦੇ ਜਨਾਬ ਤੁਹਾਨੂੰ ਅਸੀਂ ਜਾਨਵਰ ਦਿਖਾ ਰਹੇ ਜਿਹੜੇ ਕਿ 10 ਤਰੀਕ ਨੂੰ ਅਮੀਨਪੁਰ ਮੰਡੀ ਦੇ ਵਿੱਚ ਜਨਾਬ ਇਹ ਲੈ ਕੇ ਅਮੀਨਪੁਰ ਹਾਂ ਅਮੀਨਪੁਰ ਬੰਗਲਾ
ਤੇ ਵਿੱਚ ਜਨਾਬ ਜਿਹੜੇ ਜਾਨਵਰ ਮਾਸ਼ਾਅੱਲਾ ਲੈ ਕੇ ਆਏ ਜੇ ਇਹ ਸਾਰੇ ਜਾਨਵਰ ਤੁਹਾਨੂੰ ਦਿਖਾਤੇ ਨੇ ਗੱਬਨ ਘੋੜੀ ਹੈਗੀ ਜੇ ਇਹ ਨਾਲ ਬਸ਼ੇਰੀ ਹੈਗੀ ਜੇ ਨਾਲ ਉਹ ਪਰੇ ਹੈਗੀ ਜੇ ਔਰ ਨੁਕਰੇ ਜਿਹੜੇ ਹੈਗੇ ਨੇ ਚਾਰ ਪੰਜ ਜਾਨਵਰ ਹੈਗੇ ਇਹ ਚੀਨੀ ਹੈਗੀ ਹੈ ਔਰ ਮਾਸ਼ਾਅੱਲਾ ਇਹ ਦੇਖੋ ਜਾਨਵਰ ਜਿਹੜੇ ਹੈਗੇ ਨੇ ਉਹ ਖੂਬਸੂਰਤ ਜਾਨਵਰ ਹੈਗੇ ਜੇ ਤੇ ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਤੇ ਇਨਸ਼ਾ ਅੱਲਾਹ ਤਾਲਾ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ ਅੱਲਾਹ ਹਾਫਿਜ਼ ਫੀ ਮਾਨ ਅੱਲਾਹ ਜੀ